दोस्तों आप अज खड़े हाँ पिंड खोखर खुरद जिला मानसा की धरती से। एक अज तो 20 साल पहला जिहड़े पुराने बंदे उन्होंने तो पता है सारा मीह पवाउण वास्ते गुड्डी फूकी जांदी सी। ओह रवाज अज भी साडे पिंडां दे विच अक्सर चलदा ते उस बारे अज आपां सारी तुहानूं जानकारी दिंदे हां ते तुहानूं सारियां सवाणियां नाल मिलाउणे आ वी किवें गुड्डी फूकी जांदी इहदा की कारण है ते आजो तुहानूं मिलाईए। ये तुसीं सारिआं तों पहला देख रहे हो ये सेवा एक जिवें आपां लंगर ला दिंदे आ गे इन्हां वल्लों सेवा कीती जांदी आ बुढ़ियां वल्लों। इहदे विच इन्हां वल्लों गुलगुले पूरियां सारा कुछ पकाया जा रहा है। जिवें तुसीं देखदे हो पिंड दीआं सवाणियां ने पूरा उसे तरह जिस तरह एक गुड़िया दा संस्कार किया जाता है दाह संस्कार किया जाता उस तो पहला तैयारी की जाती है उस तरह बिल्कुल गुड़ी तैयार की हुई है तो उस तरह यह बह के बिरलाप कर रही ने गियां। दोस्तों आपां हुण गल करदे आंगे भी इह गुड्डी नूं क्यों फूकिया जांदा इहदा फूकण दा मनोरथ की हैगा आपां पुछदे आं बीबियां तों। इह जिहड़ी तुसीं गुड्डी फूकदे हो इह हुण तुसीं नवां रवाज पाया जां इह पहलां तों चलदा आ रिहा है? नहीं जी इह तां बहुत पुराना रवाज है। किन्ने समें तों तुहाडे मुताबक तुसीं कदों तों देखदे आ रहे हो? इह तां जी उमर मेरी होगी 50-60 साल वर्गी होगी इह तों पहलां दे देखदे। अच्छा मतलब जिवें हुण असीं अक्सर देखदे आं पिछले 15-20 सालां तों इह बंद है बहुत घट देखण नूं मिलदा गा। नहीं जी बंद तां कोई नहीं हैगा बस हुण भरदा नहीं वीडियो वीडियो तां चलदा हुंदा जी सारे पिंडी-पिंडी चलदा हैगा। मतलब पंजाब दे लोक हजे भी आपदे विरासत नाल जुड़े होए ने पिछली नाल। हां जी हां जुड़े होए ने बथेरे पिंडां च वाधू ਸੰਗਰੂਰ ਜ਼ਿਲ੍ਹੇ ਚ ਵਾਧੂ ਫੂਕਦੇ ਆ ਜੀ ਹੁਣ ਨਹਿਰਾਂ ਤੇ ਫੂਕਦੇ ਆ ਜਾ ਜਾ ਕੇ ਇੱਧਰ ਸਾਰੇ। ਤੇ ਤੁਸੀਂ ਕਿੱਥੇ ਫੂਕਦੇ ਹੋ ਇਸ ਨੂੰ ਲਿਆ ਕੇ? ਅਸੀਂ ਜੀ ਬਾਹਰ ਜੂਹ ਟੱਪ ਕੇ ਫੂਕਦੇ। ਅੱਛਾ ਮਤਲਬ ਦੂਸਰੇ ਪਿੰਡ ਦੀ ਹੱਦ ਦੇ ਵਿੱਚ ਜਾ ਕੇ। ਹਾਂ ਜੀ ਹਾਂ। ਤੇ ਇਸ ਨੂੰ ਤੁਸੀਂ ਜਦੋਂ ਫੂਕਦੇ ਹੋਗੇ ਤਾਂ ਉਸ ਤੋਂ ਬਾਅਦ ਤੁਹਾਡਾ ਵਿਸ਼ਵਾਸ ਹੈ ਵੀ ਇਹਦੇ ਵਿੱਚ ਮੀਂਹ ਪੈ ਜਾਂਦਾ ਹੈ? ਪੈ ਜਾਂਦਾ ਜੀ ਲਾਜ਼ਮੂਰ ਅਸੀਂ ਪੂਰੇ ਵਿਸ਼ਵਾਸ ਨਾਲ ਫੂਕਦੇ ਹਾਂ। ਅੱਛਾ ਤੁਸੀਂ ਪਹਿਲਾਂ ਵੀ ਫੂਕਦੇ ਹੋਗੇ ਪਹਿਲਾਂ ਮੀਂਹ ਪੈਂਦਾ ਹੈ ਜਦੋਂ ਤੁਸੀਂ ਗੁੱਡੀ ਫੂਕਦੇ ਹੋ? ਪੈਂਦਾ ਜੀ ਪੈਂਦਾ। ਅੱਛਾ ਫਿਰ ਮਤਲਬ ਕੁਝ ਲੋਕ ਸੋਚਦੇ ਨੇ ਵੀ ਇਹ ਜਿਹੜੇ ਬੁੜੀਆਂ ਨੇ ਇਕੱਠੇ ਹੋਣ ਦਾ ਆਪਦਾ ਬਣਾਇਆ ਹੋਇਆ ਸਿਸਟਮ ਆ ਕਿਉਂਕਿ ਪਿੰਡਾਂ ਦੀਆਂ ਬੁੜੀਆਂ ਜਿਹੜੀਆਂ ਕੰਮਾਂ ਕਾਰਾਂ ਤੋਂ ਘਰਾਂ ਚੋਂ ਨਹੀਂ ਨਿਕਲ ਸਕਦੀਆਂ ਵੀ ਉਹਨਾਂ ਦਾ ਮਨ ਹੁੰਦਾ ਹੈ ਵੀ ਅਸੀਂ ਗੱਲਾਂ ਬਾਤਾਂ ਕਰੀਏ ਇਕੱਠੀਆਂ ਹੋਈਏ ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਨਹੀਂ ਜੀ ਇਹ ਤਾਂ ਸਭ ਝੂਠ ਹੈ ਗੱਲਾਂ ਵੱਲੋਂ ਕੋਈ ਨਹੀਂ ਮਾਰਦੇ ਸਭ ਇਹ ਤਾਂ ਪੁੰਨ ਦਾਨ ਕਰਦੇ। ਇਹਦੇ 'ਚ ਪੁੰਨ ਦਾਨ ਕੀ ਕਰਦੇ ਹੋ ਜੀ ਤੁਸੀਂ? ਗੁਲਗਲੇ ਮੱਠੀਆਂ ਵੀ ਪੂਰੀਆਂ ਹੁਣ ਇਹੋ ਜਿਹਾ ਕੁਛ ਮਿੱਠੀਆਂ ਰੋਟੀਆਂ ਸਾਰਾ ਕੁਛ ਬਣਾ ਕੇ ਬੱਚਿਆਂ ਨੂੰ ਵੰਡ ਕੇ ਕੁੜੀਆਂ ਕੱਤਰੀਆਂ ਨੂੰ ਫਿਰ ਅਸੀਂ ਪੁੰਨ ਦਾਨ ਕਰਦੇ। ਇਹਦੇ 'ਚ ਫਿਰ ਜਿਹੜਾ ਤੁਸੀਂ ਇਹ ਗੁਲਗਲੇ ਮੱਠੀਆਂ ਜੋ ਵੀ ਤੁਸੀਂ ਬਣਾਉਂਦੇ ਹੋ ਇਹਦਾ ਫਿਰ ਰਾਸ਼ਨ ਵਗੈਰਾ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਅਸੀਂ ਪਿੰਡ 'ਚੋਂ ਇਕੱਠਾ ਕਰਦੇ ਹਾਂ। ਆਪਦਾ ਮਤਲਬ ਜਿੰਨੇ ਵੀ ਤੁਸੀਂ ਹੈਗੇ ਹੋ ਤੁਸੀਂ ਆਪਦਾ ਇਕੱਠਾ ਕਰ ਲੈਂਦੇ ਹੋ? ਹਾਂ ਜੀ ਹਾਂ ਆਪੋ ਆਪਦੇ ਘਰਾਂ 'ਚੋਂ ਕਰ ਲੈਂਦੇ। ਸਾਰੇ ਰਲ ਕੇ ਸੇਵਾ ਕਰਦੇ? ਸਾਰੇ ਰਲ ਕੇ ਸੇਵਾ ਕਰਦੇ ਹਾਂ। ਠੀਕ ਹੈ ਜੀ ਧੰਨਵਾਦ। ਸਾਰਾ ਅਸੀਂ ਵੰਡ ਦਿੰਦੇ ਹਾਂ ਜੀ। ਅੱਜ ਦੋਸਤੋ ਤੁਹਾਨੂੰ ਦਿਖਾਉਂਦੇ ਹਾਂ ਕਿ ਇਹਨਾਂ ਵੱਲੋਂ ਜੋ ਆਪਣੇ ਤੌਰ 'ਤੇ ਇਕੱਠਾ ਕਰਕੇ ਰਾਸ਼ਨ ਜੋ ਕੁਛ ਬਣਾਇਆ ਜਾਂਦਾ ਇਹ ਇੱਧਰ ਵੇਲਿਆ ਜਾ ਰਿਹਾ ਕੱਚੇ ਆਟੇ ਨੂੰ ਗੁੰਨ ਕੇ ਸਾਰਾ ਤਿਆਰੀ ਕੀਤੀ ਜਾ ਰਹੀ ਹੈ। ਅਤੇ ਇੱਧਰ ਦੇਖੋ ਤੁਸੀਂ ਮੱਠੀਆਂ ਬਣ ਰਹੀਆਂ ਨੇ ਗੁਲਗਲੇ ਬਣ ਰਹੇ ਨੇਗੇ ਸਾਰਾ ਕੁਛ। ਧੰਨਵਾਦ। Yeah.